ਇਹ ਸਾਡੇ ਪ੍ਰਚਾਰਕਾਂ ਨੇ ਬੋਲ ਬੋਲ ਕੇ ਜੀ ਜੇ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਫਿਰ ਸਾਡਾ ਨਹੀਂ ਹੋ ਸਕਦਾ। ਹੈ ਤਾਂ ਭਾਈ ਸਾਰੇ ਜਗਤ ਦਾ ਹੀ ਹੈ, ਰੱਬ ਤਾਂ ਸਾਰਿਆਂ ਦਾ ਹੀ ਹੈ, ਕੋਈ ਰੱਬ ਤੋਂ ਖਾਲੀ ਨਹੀਂ, ਗੁਰੂ ਸਾਰਿਆਂ ਦਾ ਹੈ। ਪਰ ਜੁਗਤ ਹੁੰਦੀ ਹੈ, ਜੇ ਤੁਸੀਂ ਸ਼ਬਦ ਨਾਲ ਜੁੜਨਾ ਤਾਂ ਪਹਿਲਾਂ ਤੁਹਾਨੂੰ ਗੁਰਸਿੱਖਾਂ ਦੀ ਸੰਗਤ ਕਰਨੀ ਪਏਗੀ। ਇਹ ਮੈਂ ਨਹੀਂ ਕਹਿ ਰਿਹਾ, ਤੁਸੀਂ ਬਾਣੀ ਪੜ੍ਹ ਕੇ ਵੇਖ ਲਓ, ਗੁਰੂ ਨਾਨਕ ਸਾਹਿਬ ਨੂੰ ਪੁੱਛ ਲਓ, ਉਹ ਕੀ ਕਹਿੰਦੇ ਨੇ, ਆਵ ਉਹ ਭੈਣੇ ਗੱਲ ਮਿਲੈ ਅੰਕ ਸਹੇਲੜੀ ਆਹ। ਇੱਥੇ ਭੈਣੇ ਦਾ ਅਰਥ ਕੀ ਹੈ? ਸਤਸੰਗੀ। ਆਵ ਉਹ ਭੈਣੇ ਗੱਲ ਮਿਲੈ, ਗੱਲ ਮਿਲਣ ਦਾ ਮਤਲਬ ਇਕੱਠੇ ਹੋ ਕੇ ਬਹੀਏ, ਸੰਗਤ ਕਰੀਏ। ਭਾਈ ਸਾਹਿਬ ਫੋਨ ਨਹੀਂ ਸੁਣਨਾ, ਇੱਥੇ ਫੋਨ ਬੰਦ ਕਰਾ ਦਿਓ ਇਹਨਾਂ ਦਾ। ਇਹ ਇੱਕ ਚੀਜ਼ਾਂ ਆ ਗਈਆਂ ਜਿਹੜੀਆਂ ਕਲਯੁੱਗ ਦਾ ਰੂਪ ਸਾਡੇ ਵਿੱਚ। ਫੋਨ ਕਿਸੇ ਨਹੀਂ ਸੁਣਨਾ, ਬੰਦ ਕਰ ਦਿਓ ਇਹਨੂੰ। ਇਹ ਬਿਮਾਰੀ ਪਹਿਲਾਂ ਕੋਈ ਨਹੀਂ ਸੀ, ਲੋਕ ਆਰਾਮ ਨਾਲ ਰਹਿੰਦੇ ਸੀ, ਹੁਣ ਤਾਂ ਨੱਚਦੇ ਫਿਰਦੇ ਵੀ ਪਿੱਛੋਂ ਫੋਨ ਆ ਗਿਆ, ਇੱਕ ਬਾਹਰ ਖੜ੍ਹਾ ਇੱਕ ਅੰਦਰ ਖੜ੍ਹਾ, ਵੀ ਆਪਾਂ ਕਿਹੜਾ ਚੀਨ ਦੇ ਬਾਰਡਰ ਦੇ ਉੱਤੇ ਕਮਾਂਡ ਪੈ ਕਰਨੇ ਹਾਂ, ਵੀ ਜਿਹੜਾ ਜ਼ਰੂਰੀ ਵਿੱਚ ਹੀ ਫੋਨ ਸੁਣਨਾ ਸੀ। ਭਾਈ ਇੱਕ ਘੰਟਾ ਦੋ ਘੰਟੇ ਸੰਗਤ ਕਰਨੀ, ਗੁਰੂ ਰਾਮਦਾਸ ਜੀ ਦੀ ਖੁਸ਼ੀ ਲੈਣੀ ਹੈ, ਇਹਨਾਂ ਨੂੰ ਬੰਦ ਕਰ ਦਿਓ। ਗੁਰੂ ਸਾਹਿਬ ਵੇਖਦੇ ਨੇ ਸਾਰਾ ਕੁਝ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪ੍ਰੋਸੈਸ ਜਿਹੜਾ ਹੈ ਗੁਰੂ ਤੱਕ ਜਾਣ ਦਾ, ਪਰਮਾਤਮਾ ਤੱਕ ਜਾਣ ਦਾ, ਆਵ ਉਹ ਭੈਣੇ, ਇੱਥੇ ਭੈਣੇ ਦਾ ਮਤਲਬ ਹੈ ਸਾਰੇ ਗੁਰਮੁਖ ਪਿਆਰੇ। ਗੱਲ ਮਿਲਾ ਅੰਕ ਸਹੇਲੜੀਆਂ, ਸਹੇਲੀਆਂ ਦਾ ਮਤਲਬ ਹੁੰਦਾ ਹੈ ਗੁਰਸਿੱਖ ਸਾਰੇ ਇਕੱਠੇ ਹੋ ਕੇ ਬਹੀਏ, ਕੀ ਕਰੀਏ ਫਿਰ? ਕਹਿੰਦੇ ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆਂ। ਮਿਲ ਕੇ ਉਹਦੀਆਂ ਕਹਾਣੀਆਂ ਕਰੀਏ, ਉਹਦੀਆਂ ਗੱਲਾਂ ਕਰੀਏ।